ਸੰਗਰੂਰ ਤੋਂ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ ਗੁਰਮੀਤ ਸਿੰਘ ਮੀਤਹੇਰ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਮੀਤ ਸਾਹਿਬ, ਪਾਰਲੀਮੈਂਟ ਦਾ ਤਜਰਬਾ ਕਿਵੇਂ ਰਿਹਾ, ਕਿਉਂਕਿ ਪਹਿਲਾਂ ਕੈਬਨਿਟ ਮੰਤਰੀ ਸੀ, ਖੇਡ ਮੰਤਰੀ ਸੀਗੇ ਔਰ ਹੁਣ ਪਾਰਲੀਮੈਂਟ ਪਹੁੰਚੇ, ਤਜਰਬਾ ਕਿਵੇਂ ਰਿਹਾ ਔਰ ਕਿਹੜੇ ਕਿਹੜੇ ਮਸਲੇ ਪ੍ਰਾਇਓਰਟੀ ਤੇ ਤੁਹਾਡੇ ਵੱਲੋਂ ਚੁੱਕੇ ਜਾਣਗੇ ਹੁਣ ਪਾਰਲੀਮੈਂਟ ਦੇ ਵਿੱਚ? ਦੇਖੋ, ਮੈਂ ਕਿਉਂਕਿ ਇੱਥੇ ਬਤੌਰ ਵਿਰੋਧੀ ਧਿਰ ਦਾ ਮੈਂਬਰ ਪਾਰਲੀਮੈਂਟ ਬਣ ਕੇ ਪਹੁੰਚਿਆ, ਅਤੇ ਪੰਕਜ ਜੀ ਤੁਹਾਨੂੰ ਪਤਾ ਪੰਜਾਬ 'ਚ ਭਾਵੇਂ ਸੱਤਾ ਦੇ ਵਿੱਚ ਸੀ, ਮੰਤਰੀ ਵੀ ਰਹੇ, ਪਰ ਉਦੋਂ ਪਹਿਲਾਂ 5 ਸਾਲ ਵਿਰੋਧੀ ਧਿਰ ਦਾ ਮੈਂ MLA ਵੀ ਰਿਹਾ, ਅਤੇ ਵਿਰੋਧੀ ਧਿਰ ਦੀ ਕੀ ਭੂਮਿਕਾ ਹੁੰਦੀ ਹੈ, ਕਿਸ ਤਰ੍ਹਾਂ ਕੰਮ ਕਰਨਾ, ਉਹ ਮੈਨੂੰ ਚੰਗੀ ਤਰ੍ਹਾਂ ਆਉਂਦਾ। ਅਤੇ ਇੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰੀ ਸਟਰੋਂਗ ਜਿਹੜੀ ਓਪੋਜੀਸ਼ਨ ਹੈ ਉਹ ਸਾਡੇ ਦੇਸ਼ ਨੂੰ ਜਿਹੜੀ ਉਹ ਮਿਲੀ ਹੈ, ਕਿਉਂਕਿ ਪਹਿਲੇ 10 ਸਾਲ ਤਾਂ ਸਟਰੋਂਗ ਓਪੋਜੀਸ਼ਨ ਹੀ ਨਹੀਂ ਸੀ ਮਿਲੀ, ਸੋ ਸਟਰੋਂਗ ਓਪੋਜੀਸ਼ਨ ਮਿਲੀ ਹੈ। ਉਹਦੇ ਵਿੱਚ ਬੈਠ ਕੇ ਪੰਜਾਬ ਦੇ ਬੜੇ ਇੱਦਾਂ ਦੇ ਮਸਲੇ ਹੈ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਪੈਂਡਿੰਗ ਪਏ ਹੈ, ਉਹਨਾਂ 'ਤੇ ਗੱਲ ਕਰਨ ਦੀ ਜ਼ਰੂਰਤ ਵੀ ਹੈ, ਅਤੇ ਉਹਨਾਂ ਦਾ ਕੋਈ ਸਾਰਥਕ ਜਿਹੜਾ ਹੱਲ ਨਿਕਲੇ ਉਹਦੀ ਵੀ ਜ਼ਰੂਰਤ ਹੈ। ਕਈ ਤਾਂ ਫੰਡ ਰੋਕੇ ਹੋਏ ਨੇ ਕੇਂਦਰ ਨੇ, ਲਗਾਤਾਰ ਤੁਸੀਂ ਗੱਲ ਪੰਜਾਬ 'ਚ ਕਰਦੇ ਆਏ ਹੋ, ਹੁਣ ਤਾਂ ਡਾਇਰੈਕਟ ਪ੍ਰਧਾਨ ਮੰਤਰੀ ਤੁਹਾਡੇ ਅੱਖਾਂ ਸਾਹਮਣੇ ਹੋਣਗੇ, ਉੱਥੇ ਵੀ ਤੁਸੀਂ? ਇੱਕ ਮਿੰਟ, ਮੈਂ ਉਹੀ ਗੱਲ ਕਰ ਰਿਹਾ, ਚਲੋ ਜਿਹੜੇ ਫੰਡ ਤਾਂ ਰੋਕੇ ਹੋਈ ਹੈ, ਇਹ ਵੀ ਅਸੀਂ ਕਿਉਂਕਿ ਹਰ ਪਿੰਡ 'ਚ ਜਾ ਕਹਿੰਦੇ ਰਹੇ ਹਾਂ, ਕਿਉਂਕਿ ਜਿਹੜਾ ਪੇਂਡੂ ਸਾਡਾ ਸਟਰਕਚਰ ਹੈ ਜਿਹੜਾ ਤਹਿਸ ਨਹਿਸ ਹੋ ਗਿਆ, ਉਹ ਤਕਰੀਬਨ 7000 ਕਰੋੜ ਰੁਪਈਆ ਜਿਹੜਾ RDF ਦਾ, ਜਿਹੜਾ ਸਾਡੇ ਕਿਸਾਨਾਂ ਦੀ ਫਸਲ ਨੂੰ ਕੱਟਿਆ ਜਾਂਦਾ, ਉਹ ਰੋਕਿਆ ਹੋਇਆ। NHRM ਦਾ ਪੈਸੇ ਰੋਕੇ ਹੋਏ ਆ, ਹੁਣ ਸਰਵ ਸਿੱਖਿਆ ਅਭਿਆਨ ਦੇ ਵੀ ਪੈਸੇ ਰੋਕ ਲਏ, ਮਤਲਬ ਕਿ ਹਰ ਜਗ੍ਹਾ ਪੰਜਾਬ ਦੇ ਨਾਲ ਵਿਤਕਰਾ ਜਿਹੜਾ ਉਹ ਕੀਤਾ ਜਾਂਦਾ, ਸਾਨੂੰ ਸਾਡੇ ਹਿੱਸੇ ਦਾ ਜਿਹੜਾ ਸਾਡਾ ਹੱਕ ਬਣਦਾ ਉਹ ਪੈਸੇ ਵੀ ਨਹੀਂ ਮਿਲ ਰਹੇ, ਅਤੇ ਸਾਡੇ ਗਵਾਂਢੀ ਸੂਬਿਆਂ ਨੂੰ ਸਪੈਸ਼ਲ ਪੈਕੇਜ ਆਇਆ ਜਿਹੜੇ ਉਹ ਦਿੱਤੇ ਜਾਂਦੇ ਆ। ਹੁਣ ਨਾਇਡੂ ਜੀ ਦੀ ਪਾਰਟੀ ਨਾਲ ਵੀ ਇਹ ਸਮਝੌਤਾ ਹੋਇਆ, ਮੈਨੂੰ ਲੱਗਦਾ ਜੋ ਗੱਲਾਂ ਚੱਲਦੀਆਂ ਵੀ 16000 ਕਰੋੜ ਦਾ ਸਪੈਸ਼ਲ ਪੈਕੇਜ ਹੈ ਜਿਹੜਾ ਉੱਥੇ ਜਿਹੜੀ ਸਰਕਾਰ ਹੈ ਉਹਨੂੰ ਦੇਣਾ, ਅਤੇ ਸਾਨੂੰ ਸਪੈਸ਼ਲ ਪੈਕੇਜ ਤਾਂ ਦੂਰ ਦੀ ਗੱਲ ਨਹੀਂ, ਕਿਉਂਕਿ ਹੋਰ ਸੂਬਿਆਂ ਨੂੰ ਮਿਲਦੇ ਰਹੇ ਹਾਂ। ਸਮਾਂ ਦੀ ਉਹ ਪੰਜਾਬ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਹਮੇਸ਼ਾ ਦੇਸ਼ ਲਈ ਹਿੱਕ ਡਾ ਕੇ ਖੜਿਆ, ਦੇਸ਼ ਦੀ ਆਜ਼ਾਦੀ ਸਭ ਤੋਂ ਵੱਡਾ ਯੋਗਦਾਨ ਸਾਡਾ ਰਿਹਾ, ਉਸ ਤੋਂ ਬਾਅਦ ਇਹ ਆਜ਼ਾਦੀ ਬਹਾਲ ਰੱਖਣ ਲਈ ਅਸੀਂ ਬਾਰਡਰਾਂ 'ਤੇ ਆਪਦੇ ਕਹਿ ਲਓ ਵੀ ਸੀਨਿਆਂ 'ਚ ਗੋਲੀਆਂ ਖਾਧੀਆਂ, ਅਤੇ ਹਰੀ ਕ੍ਰਾਂਤੀ ਲਿਆਉਣ ਲਈ ਅਸੀਂ ਸਾਰੀ ਧਰਤੀ ਆਪਦੀ ਕਹਿ ਲਓ ਵੀ ਉੱਥੇ ਜ਼ਹਿਰੀਲੀ ਕਰ ਲਈ, ਪਾਣੀ ਧਰਤੀ ਹੇਠਲਾ ਸੀ ਆਪਦਾ ਖਤਮ ਕਰ ਲਿਆ, ਤਾਂ ਕਿ ਅਸੀਂ ਦੇਸ਼ ਦਾ ਜਿਹੜਾ ਢਿੱਡ ਹੈ ਉਹ ਭਰ ਸਕੀਏ। ਪਰ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਤਾਂ ਕੀ ਮਿਲਣਾ ਸੀ, ਕੋਈ ਰਾਹਤ ਤਾਂ ਕੀ ਮਿਲਣੀ ਸੀ, ਸਮਾਂ ਦੀ ਸਾਡੇ ਜਿਹੜੇ ਹੱਕ ਦੇ ਪੈਸੇ ਹੈ ਉਹ ਵੀ ਰੋਕੇ ਜਾ ਰਹੇ ਆ। ਹੁਣ ਤੁਸੀਂ ਦੇਖੋ ਕਿ ਪੰਜਾਬ ਜਿਹੜਾ ਕਰਜ਼ਈ ਹੋਇਆ ਉਹ ਕਰਜ਼ਾ ਲਾਉਣ ਲਈ ਇੰਨਾ ਕੁਛ ਪੰਜਾਬ ਨੇ ਕੀਤਾ ਕਿ ਕੇਂਦਰ ਦਾ ਹੱਕ ਨਹੀਂ ਸੀ ਬਣਦਾ, ਸਮਾਂ ਦੀ ਸਾਡੇ ਜਿਹੜੇ ਗਵਾਂਢੀ ਸੂਬੇ ਸੀ ਉਹਨਾਂ ਨੂੰ ਟੈਕਸ ਸੈਵਨ ਜਿਹੜੇ ਸਟੇਟ ਬਣਾ ਦਿੱਤਾ ਗਿਆ, ਸਪੈਸ਼ਲ ਪੈਕੇਜ ਦਿੱਤੇ ਗਏ, ਜਿਹਦੇ ਕਰਕੇ ਸਾਡੀ ਇੰਡਸਟਰੀ ਜਿੱਥੋਂ ਪੈਸਾ ਆਉਣਾ ਸੀ ਉਹ ਵੀ ਹਿਮਾਚਲ ਨੂੰ ਜਾਂਦੀ ਰਹੀ, ਉੱਤਰਾਖੰਡ ਨੂੰ ਜਾਂਦੀ ਰਹੀ, ਹਰਿਆਣੇ ਨੂੰ ਜਾਂਦੀ ਰਹੀ। ਤੁਹਾਨੂੰ ਲੱਗਦਾ ਪੰਜਾਬ ਬਾਰਡਰ ਸਟੇਟ ਹੈ, ਜਿਵੇਂ ਪਹਾੜਾਂ ਦੇ ਨਾਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਨੂੰ ਸਪੈਸ਼ਲ ਪੈਕੇਜ ਮਿਲੇ ਹੈ, ਪੰਜਾਬ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਨੂੰ ਸਪੈਸ਼ਲ ਪੈਕੇਜ, ਉਹ ਟੈਕਸ ਸੈਵਨ ਬਣ ਸਕਦੇ ਆ, ਪੰਜਾਬ ਟੈਕਸ ਸੈਵਨ ਬਣੇ, ਪੰਜਾਬ ਨੂੰ ਵੀ ਜਿਹੜੇ ਸਪੈਸ਼ਲ ਪੈਕੇਜ ਹੈ ਕੁਝ ਉਹ ਮਿਲਣੇ ਚਾਹੀਦੇ ਆ, ਕਿਉਂਕਿ ਇਹਨਾਂ ਜਿਹੜੇ ਸੂਬੇ ਦਾ ਵੱਡਾ ਯੋਗਦਾਨ ਰਿਹਾ ਹੋਵੇ ਇਸ ਦੇਸ਼ ਨੂੰ ਦੇਸ਼ ਬਣਾਉਣ ਦੇ ਅੰਦਰ, ਜਿਨ੍ਹਾਂ ਨੇ ਇੰਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋਣ, ਦੇਸ਼ ਦਾ ਢਿੱਡ ਭਰਿਆ ਹੋਵੇ, ਆਤਮ ਨਿਰਭਰ ਕੀਤਾ ਹੋਵੇ, ਅਤੇ ਉਹ ਸੂਬੇ ਨੂੰ ਜਦੋਂ ਅੱਜ ਜ਼ਰੂਰਤ ਹੈ, ਜਦੋਂ ਅੱਜ ਉਹ ਸਾਡੇ ਮਾਰੂਥਲ ਬਣਦਾ ਜਾਂਦਾ, ਅਤੇ ਅੱਜ ਤੁਸੀਂ ਕਹੋ ਜੀ ਸਾਨੂੰ ਤਾਂ ਤੁਹਾਡੀਆਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਹੀ 13 ਨੇ, ਸਾਨੂੰ ਤੁਹਾਡੀ ਜ਼ਰੂਰਤ ਹੀ ਕੋਈ ਨਹੀਂ, ਸੋ ਇਹਦੀ ਲੜਾਈ ਅਸੀਂ ਤਕੜੇ ਹੋ ਕੇ ਐਤਕੀ ਲੋਕ ਸਭਾ ਦੇ ਅੰਦਰ ਲੜਨੀ ਹੈ, ਕਿਉਂਕਿ ਇਹ ਮੈਂ ਦੁਬਾਰਾ ਕਹਿਣਾ ਕੋਈ ਅਸੀਂ ਭੀਖ ਨਹੀਂ ਮੰਗਦੇ ਕੇਂਦਰ ਤੋਂ, ਸਾਡਾ ਹੱਕ ਹੈ ਅਤੇ ਹੱਕ ਲੈਣ ਲਈ ਅਸੀਂ ਤਕੜੇ ਹੋ ਕੇ ਲੜਾਈ ਜਿਹੜੀ ਉਹ ਲੜਾਂਗੇ। ਅਰਵਿੰਦ ਕੇਜਰੀਵਾਲ ਨੂੰ ਹੁਣ ਤਿਹਾੜ ਜੇਲ੍ਹ ਤੋਂ ਕੱਲ੍ਹ ਰਾਊਜ਼ ਐਵਨਿਊ ਕੋਰਟ CBI ਵੱਲੋਂ ਲਿਆਂਦਾ ਗਿਆ, ਗ੍ਰਿਫਤਾਰ ਕੀਤਾ ਗਿਆ, ਰਿਮਾਂਡ ਲਿੱਤੀ ਗਈ ਹੈ, ਕਿਸ ਤਰੀਕੇ ਦੇ ਨਾਲ ਇਸ ਘਟਨਾਕ੍ਰਮ ਨੂੰ ਦੇਖਦੇ ਹੋ ਔਰ ਜਾਣਕਾਰੀ ਵੀ ਮਿਲੀ ਹੈ ਕਿ ਅੱਜ
ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਇਸ ਗ੍ਰਿਫਤਾਰੀ ਦਾ ਵਿਰੋਧ ਪ੍ਰਦਰਸ਼ਨ ਕਰੋਗੇ, ਪ੍ਰੋਟੈਸਟ ਕਰੋਗੇ? ਦੇਖੋ, ਇਹ ਸਾਰਾ ਜਿਹੜਾ ਮਸਲਾ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਬੀਜੇਪੀ ਸਰਕਾਰ ਹੈ ਉਹ ਸਿਰਫ ਇਹ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਜਿਹੜਾ ਰੱਖਿਆ ਜਾ ਸਕਦਾ। CBI ਨੇ ਪਿਛਲੇ ਸਾਲ ਦਾ ਜਿਹੜਾ ਕੇਸ ਕੀਤਾ ਹੋਇਆ, ਪੁੱਛਗਿੱਛ ਜਿਹੜੀ ਉਹ ਕੀਤੀ ਹੋਈ ਹੈ, ਇੱਕ ਸਾਲ ਤੱਕ ਉਹ ਗ੍ਰਿਫਤਾਰ ਨਹੀਂ ਕਰਦੇ। ED ਗ੍ਰਿਫਤਾਰ ਕਰਦੀ ਹੈ, ਉਸ ਤੋਂ ਬਾਅਦ ਚਲੋ ਸੈਸ਼ਨ ਕੋਰਟ ਜਿਹੜੀ ਹੈ ਉਹਨਾਂ ਨੂੰ ਜ਼ਮਾਨਤ ਦੇ ਦਿੰਦੀ ਹੈ। ਹੁਣ ਹਾਈਕੋਰਟ ਚੱਲ ਰਿਹਾ ਸੀ ਅਤੇ ਪੂਰੀ ਉਮੀਦ ਸੀ ਕਿ ਕੱਲ੍ਹ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ ਫਾਈਨਲ ਉਹ ਮਿਲ ਜਾਣੀ ਸੀ, ਅਤੇ ਇਹ ਗੱਲ ਬੀਜੇਪੀ ਨੂੰ ਪਤਾ ਸੀ। ਇਸੇ ਕਰਕੇ ED ਨਹੀਂ, ED ਤੋਂ ਜ਼ਮਾਨਤ ਮਿਲ ਸਕਦੀ ਹੈ ਤਾਂ ਕੱਲ੍ਹ ਸਾਲ ਬਾਅਦ ਪੁੱਛਗਿੱਛ ਕਰਨ ਤੋਂ ਬਾਅਦ ਕੱਲ੍ਹ CBI ਨੂੰ ਭੇਜ ਕੇ ਜਿਹੜੀ ਇਹ ਗ੍ਰਿਫਤਾਰੀ ਹੈ ਉਹ ਪਾ ਲਈ ਗਈ। ਅਤੇ ਪੰਕਜ ਜੀ, ਇਹਨਾਂ ਕੇਸਿਸ ਦੇ ਵਿੱਚ ਨਾ, ਕਿਉਂਕਿ ਕਈ ਲੋਕ ਕਹਿੰਦੇ ਹੋਣਗੇ ਜੀ ਫਿਰ ਜੇ ਇੱਦਾਂ ਕੋਰਟ ਨਾ ਦੀ ਨਾਲ ਜ਼ਮਾਨਤ ਦੇ ਦਿੰਦੀ, ਕਿਉਂਕਿ ਇਹਨਾਂ ਕੇਸਿਸ ਇੱਦਾਂ ਦੇ ਹੈ ਕਿਉਂਕਿ ਇਹਨਾਂ 'ਚ ਆਮ ਤੌਰ 'ਤੇ ਕੋਰਟ ਜਿਹੜਾ ਰਿਮਾਂਡ ਵੀ ਦੇ ਦਿੰਦੀ ਹੈ ਅਤੇ ਜਿਹੜਾ PML ਐਕਟ ਹੈ ਉਹਦੇ ਵਿੱਚ ਤਾਂ ਇੱਦਾਂ ਦੀ ਵੀ ਜ਼ਮਾਨਤ ਹੋ ਹੀ ਨਹੀਂ ਸਕਦੀ। ਬੜੇ ਕਹਿ ਲਓ ਵੀ ਜਿੰਨਾ ਟਾਈਮ ਤੁਸੀਂ ਆਪਦੇ ਨੂੰ ਪਹਿਲਾਂ ਇਨੋਸੈਂਟ ਪ੍ਰੂਵ ਕਰਨਾ ਪੈਂਦਾ ਫਿਰ ਜਿਹੜੀ ਹੈ ਜ਼ਮਾਨਤ ਹੁੰਦੀ ਹੈ, ਕਿਉਂਕਿ ਐਕਟ ਦੇ ਵਿੱਚ ਅਮੈਂਡਮੈਂਟ ਵੀ ਇਹਨਾਂ ਦੀ ਸਰਕਾਰ ਨੇ ਜਿਹੜੀ ਹੈ ਉਹ ਕੀਤੀ। ਸੋ ਬੜੀ ਕਹਿ ਲਓ ਇੱਕ ਬਦਲਾਖੋਰੀ ਵਾਲੀ ਰਾਜਨੀਤੀ ਨਾਲ ਭਾਜਪਾ ਨੇ ਪਿਛਲੇ 10 ਸਾਲ ਵੀ ਕੰਮ ਕੀਤਾ ਅਤੇ ਉਹੀ ਡਿਕਟੇਟਰਸ਼ਿਪ ਰਵੱਈਆ ਬਦਲਾਖੋਰੀ ਵਾਲੀ ਰਾਜਨੀਤੀ ਨਾਲ ਹੁਣ ਦੁਬਾਰਾ ਕੰਮ ਜਿਹੜਾ ਉਹ ਫਿਰ ਕਰ ਦਿੱਤਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਪਤਾ ਵੀ ਅੱਗੇ ਦਿੱਲੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ, ਆਮ ਆਦਮੀ ਪਾਰਟੀ ਨੂੰ ਦਿੱਲੀ ਦੀਆਂ ਚੋਣਾਂ ਵਿੱਚ ਵੋਟਾਂ ਨਾਲ ਤਾਂ ਹਰਾ ਨਹੀਂ ਸਕੇ, ਕਿਉਂਕਿ ਕੇਜਰੀਵਾਲ ਸਾਹਿਬ ਦੇ ਨਾਂ 'ਤੇ ਆਮ ਆਦਮੀ ਪਾਰਟੀ 90-95% ਸੀਟਾਂ ਜਿਹੜੀਆਂ ਉਹ ਹਰ ਵਾਰ ਲੈ ਜਾਂਦੀ ਹੈ। ਸੋ ਇਸੇ ਕਰਕੇ ਐਤਕੀ ਇਹ ਹੈ ਵੀ ਕਿਸੇ ਤਰ੍ਹਾਂ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਰੱਖੀਏ ਤਾਂ ਕਿ ਜਿਹੜਾ ਦਿੱਲੀ 'ਤੇ ਜਿਹੜਾ ਕਬਜ਼ਾ ਉਹ ਕਰ ਸਕਣ, ਪਰ ਸਾਨੂੰ ਨਿਆਂਪਾਲਿਕਾ 'ਤੇ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਅਗਰ ਜੇਲ੍ਹ 'ਚ ਜਾਂਦੇ ਆ ਤਾਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਰਕ ਪਏਗਾ ਜਾਂ ਅਗਲੀਆਂ ਚੋਣਾਂ 'ਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ? ਦੇਖੋ, ਕਿਉਂਕਿ ਜੇ ਬਾਹਰ ਹੋਣਗੇ ਤਾਂ ਉਹ ਪ੍ਰਚਾਰ ਕਰਨਗੇ, ਹੈ ਨਾ, ਤਾਂ ਲੋਕਾਂ 'ਚ ਘੁੰਮਣਗੇ, ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਪਰ ਕਿਉਂਕਿ ਉਹ ਤਾਂ ਹਜੇ ਸਮਾਂ ਬੜਾ ਦੂਰ ਹੈ, ਸਾਨੂੰ ਸੁਪਰੀਮ ਕੋਰਟ 'ਤੇ ਮਾਨਯੋਗ ਅਦਾਲਤ 'ਤੇ ਬੜਾ ਭਰੋਸਾ ਵਿਸ਼ਵਾਸ ਹੈ ਅਤੇ ਉਮੀਦ ਕਰਦੇ ਹਾਂ ਕਿ ਕੇਜਰੀਵਾਲ ਸਾਹਿਬ ਜਲਦੀ ਬਾਹਰ ਆਉਣਗੇ ਅਤੇ ਦਿੱਲੀ ਦੇ ਲੋਕਾਂ ਦੀ ਸੇਵਾ ਵਿੱਚ ਵੀ ਦੁਬਾਰਾ ਲੱਗਣਗੇ ਅਤੇ ਲੋਕਾਂ ਦੀ ਲੜਾਈ ਵੀ ਹੈ, ਕਿਉਂਕਿ ਪੂਰੇ ਦੇਸ਼ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ, ਉਹਨਾਂ ਦੀ ਇਮਾਨਦਾਰ ਛਵੀ ਨੂੰ ਪਿਆਰ ਕਰਦੇ ਆ ਅਤੇ ਦੁਬਾਰਾ ਆ ਕੇ ਲੋਕਾਂ ਦੀ ਸੇਵਾ 'ਚ ਲੱਗਣਗੇ। ਦੂਸਰੇ ਵੀ ਅਕਾਲੀ ਦਲ ਤੁਸੀਂ ਪੰਜਾਬ 'ਚ ਦੇਖਿਆ ਕਾਫੀ ਜ਼ਿਆਦਾ ਖਲੇਰਾ ਪੈ ਗਿਆ, ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ? ਇੱਕ ਪਾਸੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ, ਇੱਕ ਪਾਸੇ ਕਹਿ ਰਹੇ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ। ਦੇਖੋ, ਅਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਕਿਹਾ ਜਾਂਦਾ ਵੀ ਸ਼ਹੀਦਾਂ ਦੀ ਜਮਾਤ, ਹੈ ਨਾ, ਕਿਉਂਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਜਿਹੜੀ ਪਾਰਟੀ ਆ ਉਹ ਖੜ੍ਹੀ ਹੋਈ, ਹੈ ਨਾ, ਓਰੀਜਨਲ ਪਾਰਟੀ ਸੀ ਜਿਹੜੀ ਸੂਬੇ ਦੇ ਹੱਕਾਂ ਦੀ ਜਿਹੜੀ ਹਮੇਸ਼ਾ ਗੱਲ ਕਰਦੀ ਸੀ, ਪਰ ਪਿਛਲੇ ਸਮੇਂ 'ਚ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਕਹਿ ਲਓ ਵੀ ਕੁਰਸੀ 'ਤੇ ਬੈਠੇ, ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਅਕਾਲੀ ਦਲ ਨੂੰ ਜਿਹੜਾ ਚਲਾਉਣਾ ਸ਼ੁਰੂ ਕੀਤਾ, ਜਿਹਦੇ ਕਰਕੇ ਅਕਾਲੀ ਦਲ ਨੀਚੇ ਆਉਂਦਾ 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 ਅੱਜ ਬਿਲਕੁਲ ਹਾਸ਼ੀਏ 'ਤੇ ਆ ਚੁੱਕਿਆ, ਹੈ ਨਾ, ਕਿਉਂਕਿ ਜਦੋਂ 2017 ਦੀ ਇਲੈਕਸ਼ਨ ਸੀ ਉਦੋਂ ਇਹ ਲੱਗਦਾ ਸੀ ਵੀ ਅਕਾਲੀ ਦਲ ਬਹੁਤ ਡਾਊਨ ਚਲਾ ਗਿਆ, ਤਕਰੀਬਨ 14 ਸੀਟਾਂ ਰਹਿ ਗਈਆਂ ਸੀ ਵੀ ਹੁਣ ਸ਼ਾਇਦ ਰਿਵਾਈਵ ਕਰੋ, ਪਾਰਲੀਮੈਂਟ ਆਈ, 2 ਮੈਂਬਰ ਪਾਰਲੀਮੈਂਟ ਰਹਿ ਗਏ, ਇਹ ਸੀ ਵੀ ਚਲੋ ਹੁਣ ਬਹੁਤ ਡਾਊਨ ਚਲਾ ਗਿਆ ਸ਼ਾਇਦ ਹੁਣ ਰਿਵਾਈਵ ਕਰੋ, MLA ਇਲੈਕਸ਼ਨ ਆਈ, 3 MLA ਰਹਿ ਗਏ, ਇਹ ਸੀ ਵੀ ਇੱਦੂ ਡਾਊਨ ਤਾਂ ਕੀ ਜਾਓ, ਹੁਣ ਪਾਰਲੀਮੈਂਟ ਦੀ ਆਈ, 10 ਸੀਟਾਂ ਤੋਂ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ। ਤੋ ਸਾਰਿਆਂ ਨੂੰ ਦੇਖਦਾ ਕਿ ਇੱਕ ਪਰਿਵਾਰ ਨੇ, ਇੱਕ ਲੀਡਰ ਨੇ ਸਾਰਾ ਅਕਾਲੀ ਦਲ ਜਿਹੜਾ ਤਬਾਹ ਜਿਹੜਾ ਉਹ ਕਰਤਾ, ਜਿਹੜੀ ਉਹਦੀ ਆਈਡੀਓਲੋਜੀ ਸੀ, ਜਿਹੜੀ ਸੋਚ ਸੀ, ਕਿਉਂਕਿ ਇੱਕ ਲੁੱਟ ਕਸੁੱਟ ਦਾ ਜਿਹੜਾ ਮਾਡਲ ਹੈ ਸੁਖਬੀਰ ਸਿੰਘ ਬਾਦਲ ਨੇ ਬਣਾ ਲਿਆ ਵੀ ਕਿਹੜਾ
ਵੱਡੇ ਵੱਡੇ ਬੰਦਿਆਂ ਨੂੰ ਲਿਆਓ, ਕਰੋੜਾਂ ਰੁਪਈਆ ਲਾਓ। ਅਕਾਲੀ ਦਲ ਜਿਹੜੀ ਪਾਰਟੀ ਸੀ ਉਹਦੇ ਵੱਲੋਂ ਵੀ ਇਲੈਕਸ਼ਨਾਂ 'ਚ ਸ਼ਰਾਬਾਂ ਵੰਡਣੀਆਂ ਸ਼ੁਰੂ ਹੋ ਗਈਆਂ, ਪੈਸੇ ਵੰਡਣੇ ਸ਼ੁਰੂ ਹੋ ਗਏ, ਜਿਹਦੇ ਕਰਕੇ ਅੱਜ ਲੋਕਾਂ ਦੇ ਨੱਕੋ ਵੱਲੋਂ ਜਿਹੜਾ, ਕਿਉਂਕਿ ਪੈਸੇ ਦੇ ਜ਼ੋਰ 'ਤੇ ਕਿੰਨਾ ਨੇ ਤੁਸੀਂ ਇਕੱਲੀ ਰਾਜਨੀਤੀ ਆ ਜਿਹੜੀ ਉਹ ਕਰ ਲਉਂਗੇ, ਜਦੋਂ ਤੁਸੀਂ ਆਪਣੀ ਆਈਡਿਓਲੋਜੀ ਖਤਮ ਕਰ ਲਈ, ਤੁਸੀਂ ਕਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ, ਕਦੇ ਤੁਸੀਂ ਪੰਥ ਦੀ ਗੱਲ ਨਹੀਂ ਕੀਤੀ, ਜਦੋਂ ਤਾਂ ਲੱਗਦਾ ਕਿ ਜ਼ਰੂਰ ਜੇ ਉਹ ਤਾਂ ਪੰਥ ਨੂੰ ਵਰਤ ਲੈਂਦੇ ਹੋ, ਅਤੇ ਜਦੋਂ ਫਿਰ ਲੱਗਦਾ ਵੀ ਇੱਥੇ ਆਪਾਂ ਨੂੰ ਬੀਜੇਪੀ ਨਾਲ ਫਾਇਦਾ ਹੋ ਸਕਦਾ, ਫਿਰ ਜਾ ਕੇ ਉੱਥੇ ਲੇਲੜੀਆਂ ਵੀ ਕੱਢਣ ਲੱਗ ਜਾਂਦੇ। ਸੁਖਬੀਰ ਬਾਦਲ ਦੇ ਗਰੁੱਪ ਵੱਲੋਂ ਜਾਂ ਸੁਖਬੀਰ ਬਾਦਲ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਬਾਗੀ ਹੋਏ ਨੇ ਇਹਨਾਂ ਦੇ ਪਿੱਛੇ ਬੀਜੇਪੀ ਖੜੀ ਹੈ, ਓਪਰੇਸ਼ਨ ਲੋਟਸ ਪੰਜਾਬ 'ਚ ਅਕਾਲੀ ਦਲ ਦੇ ਉੱਤੇ ਬੀਜੇਪੀ ਚਲਾਉਣਾ ਚਾਹੁੰਦੀ ਹੈ ਔਰ ਇਹ ਸਾਰਾ ਬੀਜੇਪੀ ਕਰਾ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ, ਅਕਾਲੀ ਦਲ ਨੂੰ ਖਤਮ ਕਰਨ ਲਈ। ਚਲੋ ਜੇ ਉਹ ਵੀ ਇਸ ਮਨਸ਼ਾ ਨਾਲ ਕੰਮ ਕਰ ਰਹੇ ਹੈ, ਜੇ ਬੀਜੇਪੀ ਦੇ ਪਿੱਛੇ ਲੱਗ ਕੇ ਇੱਦਾਂ ਕਰਨਗੇ ਤਾਂ ਫਿਰ ਲੋਕ ਉਹਨਾਂ ਨੂੰ ਵੀ ਦੇਖ ਲੈਣਗੇ, ਕਿਉਂਕਿ ਅਕਾਲੀ ਦਲ ਦਾ ਵੀ ਡਾਊਨ ਜਾਣ ਦਾ ਕਾਰਨ ਇਹੀ ਹੈ ਜੇ ਇਹਨਾਂ ਨੇ ਬੀਜੇਪੀ ਨਾਲ ਜਿਹੜੀ ਯਾਰੀ ਹੈ ਉਹ ਨਹੀਂ ਤੋੜੀ ਸੀ, ਕਿਉਂਕਿ 3 ਕਾਨੂੰਨ ਕਿੰਨਾ ਲੈ ਕੇ ਆਉਂਦੇ, ਬੀਜੇਪੀ ਲੈ ਕੇ ਆਉਂਦੇ, ਕਿਉਂਕਿ ਪੰਜਾਬ ਕਿਸਾਨੀ ਪ੍ਰਧਾਨ ਜਿਹੜਾ ਉਹ ਸੂਬਾ ਹੈਗਾ, ਇਸੇ ਕਰਕੇ ਜਿਹੜਾ ਬੀਜੇਪੀ ਦਾ ਅਕਾਲੀ ਦਲ ਦਾ ਜਿਹੜਾ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋਇਆ, ਕਿਉਂਕਿ ਆਈਡਿਓਲੋਜੀ ਵੀ ਜੇ ਦੇਖੀਏ ਬੀਜੇਪੀ ਅਤੇ ਅਕਾਲੀ ਦਲ ਦੀ ਬਿਲਕੁਲ ਉਲਟ, ਪਰ ਠੀਕ ਹੈ ਇਹਨਾਂ ਨੇ ਪਿਛਲੇ ਸਮੇਂ ਆਪਦੀਆਂ ਕੁਰਸੀਆਂ ਦੀ ਖਾਤਰ ਉਹਨਾਂ ਦੇ ਨਾਲ ਲੱਗੇ ਰਹੇ, ਐਤਕੀ ਵੀ ਇਹਨਾਂ ਨੇ ਤਾਂ ਪੂਰੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਨੂੰ ਲੱਗਦਾ ਵੀ ਲਾਤਾ ਜਿਹੜੀ ਉਹ ਨਹੀਂ ਲਾਈ ਬੀਜੇਪੀ ਵਾਲਿਆਂ ਨੇ, ਅਤੇ ਹੁਣ ਵੀ ਜੇ ਮੰਨ ਵੀ ਲਈਏ ਕਿ ਸੁਖਬੀਰ ਸਿੰਘ ਬਾਦਲ ਸਹੀ ਕਹਿੰਦੇ ਨੇ ਵੀ ਭਾਈ ਉਹ ਬੀਜੇਪੀ ਦੇ ਉਹਦੇ ਕਰਕੇ ਕਰ ਰਹੇ ਆ, ਤਾਂ ਫਿਰ ਉਹ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਨਾ, ਜਿਵੇਂ ਤੁਹਾਡੀਆਂ ਜਮਾਨਤਾਂ ਜ਼ਬਤ ਹੋਈਆਂ ਉਹਨਾਂ ਦੀ ਕਰਵਾ ਦੇਣਗੇ। ਜਲੰਧਰ 'ਚ ਤਾਂ ਜਿਹੜਾ ਕੈਂਡੀਡੇਟ ਅਕਾਲੀ ਦਲ ਨੇ ਅਨਾਊਂਸ ਕੀਤਾ ਸੀ ਉਸ ਤੋਂ ਸਮਰਥਨ ਵਾਪਸ ਲੈ ਲਿਆ ਔਰ ਚਰਚਾ ਕਿ ਹੁਣ ਅਕਾਲੀ ਦਲ BSP ਨੂੰ ਸਮਰਥਨ ਦੇਗੀ, ਕਿਹਾ ਜਾ ਰਿਹਾ ਕਿ ਬਾਗੀ ਗਰੁੱਪ ਦਾ ਜਿਹੜਾ ਉਮੀਦਵਾਰ ਸੀਗਾ ਇਸ ਕਰਕੇ ਨਾਮ ਜਿਹੜਾ ਵਾਪਸ ਲਿਆ। ਚਲੋ ਜੇ ਇੰਨੀ ਹਿੰਮਤ ਹੈ ਤੁਹਾਨੂੰ ਬਾਗੀਆਂ ਦਾ ਲੱਗਦਾ ਅਤੇ ਇੰਨੀ ਤਾਕਤ ਹੈ ਸੁਖਬੀਰ ਸਿੰਘ ਬਾਦਲ 'ਚ, ਤਾਂ ਫਿਰ ਆਪਦਾ ਕੋਈ ਬੰਦਾ ਉੱਥੇ ਹੋਰ ਕਿਹੜਾ ਕਰ ਲੈਣ, ਜੇ ਪਾਰਟੀ ਇੰਨੀ ਮਜ਼ਬੂਤ ਹੈ, ਤੁਸੀਂ ਕਹਿ ਰਹੇ ਹੋ ਵੀ ਦੂਜੇ ਸਾਰੇ ਬੰਦੇ ਝੂਠ ਬੋਲਦੇ ਆ, ਤਾਂ ਇਹ ਤਾਂ ਇੰਨੀ ਪਾਰਟੀ ਇੰਨੇ ਵਾਰੀ ਇੱਥੇ ਸਰਕਾਰਾਂ ਤੁਸੀਂ ਪੰਜਾਬ 'ਚ ਬਣਾਈਆਂ ਨੇ, ਜਲੰਧਰ ਤੋਂ ਬੰਦੇ ਜਿਤਾਉਂਦੇ ਰਹੇ ਹੋ, ਤਾਂ ਫਿਰ ਤੁਸੀਂ ਭਾਈ ਕਿਸੇ ਹੋਰ ਨੂੰ ਜਿਹੜੀ ਹੈ ਸਪੋਰਟ ਉਹ ਕਰ ਲਓ। ਸੋ ਇਹ ਕੇਵਲ ਅਤੇ ਕੇਵਲ ਗੱਲਾਂ ਦਾ ਕੜਾ ਹੈ ਜਿਹੜਾ ਉਹ ਬਣਾ ਰਹੇ ਆ, ਪਰ ਜਿਹਨੂੰ ਮਰਜ਼ੀ ਸਪੋਰਟ ਕਰਨ, ਚਾਹੇ ਸੁਖਬੀਰ ਸਿੰਘ ਬਾਦਲ ਜਿਹੜੀ ਬੀਬੀ ਜੀ ਸੁਰਜੀਤ ਕੌਰ MLA ਦੇ ਖੜੇ ਆ, ਚਾਹੇ ਉਹ ਇਲੈਕਸ਼ਨ ਲੜਦੇ ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋਣੀ ਹੈ, ਚਾਹੇ ਜਾ ਕੇ ਆਪ ਲੜ ਲੈਂਦੇ ਇਹਨਾਂ ਦੀ ਵੀ ਜ਼ਮਾਨਤ ਜ਼ਬਤ ਜਿਹੜੀ ਆ ਹੋਣੀ ਸੀ, ਅਤੇ ਚਾਹੇ ਕਿਹਦੀ ਸਪੋਰਟ ਕਰਨ, ਜਿਹਦੇ ਨਾਲ ਸੁਖਬੀਰ ਸਿੰਘ ਬਾਦਲ ਚਲੇ ਗਏ ਉਹਦੀ ਜ਼ਮਾਨਤ ਜ਼ਬਤ ਹੋਣੀ ਤੈਅ। ਲਾਸਟ ਸਵਾਲ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਸਟੇਟਮੈਂਟ ਆਈ ਅਕਾਲੀ ਦਲ ਨੂੰ ਲੈ ਕੇ, ਕਹਿੰਦੇ ਹੋਏ ਨਜ਼ਰ ਆਏ, ਹਾਲਾਂਕਿ ਨਾਮ ਨਹੀਂ ਲਿਆ, ਕਹਿੰਦੇ ਕਿ ਦਿੱਲੀ ਵਾਲੇ ਪਾਸੇ ਮੂੰਹ ਲੈ ਪਾ ਰਹੇ ਨੇ ਜਿਹੜੇ ਲੀਡਰ ਨੇ ਔਰ ਦਰਬਾਰ ਸਾਹਿਬ ਵਾਲੇ ਪਾਸੇ ਹਰਮਿੰਦਰ ਸਾਹਿਬ ਵਾਲੇ ਪਾਸੇ ਜਿਹੜੇ ਉਹ ਪਿੱਠ ਲਗਾ ਰਹੇ ਨੇ, ਦਰਬਾਰ ਸਾਹਿਬ ਵਾਲੇ ਪਾਸੇ ਪਿੱਠ ਲਗਾਓਗੇ ਨੁਕਸਾਨ ਹੋਏਗਾ, ਦਰਬਾਰ ਸਾਹਿਬ ਵਾਲੇ ਪਾਸੇ ਮੂੰਹ ਲਗਾਓ ਤਾਂ ਫਿਰ ਰਾਜਭਾਗ ਸਭ ਕੁਝ ਮਿਲ ਜਾਂਦਾ। ਦੇਖੋ ਇਹ ਤਾਂ ਚਲੋ ਹੈ ਹੀ ਹੈ ਜੀ, ਕਿਉਂਕਿ ਅਸੀਂ ਸਾਰੇ ਪੰਜਾਬ ਤੋਂ ਹਾਂ, ਸਿੱਖ ਧਰਮ 'ਚ ਆਸਥਾ ਜਿਹੜੀ ਉਹ ਰੱਖਦੇ ਹਾਂ ਕਿ ਉੱਥੋਂ ਆਸ਼ੀਰਵਾਦ ਲਏ ਬਿਨਾਂ ਨਾ ਕਹਿ ਲਓ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ, ਨਾ ਜਿਹੜੇ ਕੋਈ ਵੀ ਉੱਥੇ ਸ਼ਰਧਾ ਰੱਖਦਾ ਸਾਰੇ ਉੱਥੋਂ ਕੰਮ ਹੈ ਜਿਹੜਾ ਉਹ ਸ਼ੁਰੂ ਕਰਦੇ ਆ, ਪਰ ਅਸਲੀ ਗੱਲ ਇਹ ਹੈ ਵੀ ਤੁਸੀਂ ਅਸਲੀ ਤੁਹਾਡੇ ਮਨ ਦੇ ਅੰਦਰ ਕੀ ਹੈ, ਇਮਾਨਦਾਰੀ ਹੈ ਜਾਂ ਸਿਰਫ ਪਰਮਾਤਮਾ ਦੇ ਨਾਮ ਨੂੰ ਵੀ ਤੁਸੀਂ ਵਰਤਣਾ ਚਾਹੁੰਦੇ ਹੋ, ਹੈ ਨਾ। ਚਲੋ ਸਿੱਖੀ ਸਿਧਾਂਤ ਜੇ ਅਕਾਲੀ ਦਲ ਦੀ ਪੋਲੀਟਿਕਸ ਕਰਨੀ ਹੈ ਹੋਣੇ ਚੰਗੇ ਆ, ਪਰ ਉਹ ਇਮਾਨਦਾਰੀ ਦੇ ਨਾਲ ਹੋਣ, ਇਕੱਲੇ ਲੋਕ ਦਿਖਾਵੇ ਲਈ ਨਾ ਹੋਣ। ਜੇ ਇਮਾਨਦਾਰੀ ਦੇ ਨਾਲ ਜਿਹੜੇ ਲੋਕ ਨਿਭਾਉਣਗੇ ਤਾਂ ਲੋਕ ਆਪ ਹੀ ਉਹਨਾਂ ਨੂੰ ਕਹਿ ਲਓ ਵੀ ਭਾਈ ਹੱਥਾਂ ਦੇ ਉੱਪਰ ਚੱਕਣਗੇ। ਜੇ ਪਹਿਲਾਂ ਅਕਾਲੀ ਦਲ ਦੇ ਲੀਡਰ ਚੰਗੇ ਸੀ ਸਾਡੇ ਉੱਥੇ, ਕਹਿ ਲਓ ਵੀ ਇੱਦਾਂ ਦੇ ਲੀਡਰ ਵੀ ਹੋਏ ਵੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਹਿ ਲਓ ਵੀ
ਸਰਕਾਰੀ ਗੱਡੀ ਦੀ ਵਰਤੋਂ ਵੀ ਨਹੀਂ ਕੀਤੀ ਹੋਈ, ਬੱਸਾਂ 'ਚ ਬਹਿ ਕੇ ਜਾਂਦੇ ਰਹੇ ਅਤੇ ਲੋਕ ਉਹਨਾਂ ਨੂੰ ਜਿਤਾਉਂਦੇ ਵੀ ਰਹੇ ਬਿਨਾਂ ਪੈਸੇ ਲਾਉਂਦੇ। ਜੇ ਪ੍ਰਧਾਨ ਬਦਲਦਾ ਤੁਹਾਨੂੰ ਲੱਗਦਾ ਸਿਚੁਏਸ਼ਨ ਠੀਕ ਹੋ ਸਕਦੀ ਹੈ ਅਕਾਲੀ ਦਲ ਦੀ? ਸੁਖਬੀਰ ਬਾਦਲ ਹਟ ਕੇ ਕੋਈ ਹੋਰ ਹੁੰਦਾ, ਕਿਉਂਕਿ ਗਿਆਨੀ ਹਰਪ੍ਰੀਤ ਹੋਰਾਂ ਦਾ ਨਾਮ ਚੱਲ ਰਿਹਾ, ਮਨਪ੍ਰੀਤ ਅਯਾਲੀ ਹੋਰਾਂ ਦਾ ਨਾਮ ਚੱਲ ਰਿਹਾ, ਤਾਂ ਅਕਾਲੀ ਦਲ ਸੁਧਰ ਸਕ? ਦੇਖੋ, ਜੇ ਕੋਈ ਵੀ ਪਾਰਟੀ, ਜੇ ਚੰਗਾ ਬੰਦਾ ਕੋਈ ਚੰਗੀ ਨੀਅਤ ਦੇ ਨਾਲ ਚੱਲੂਗਾ, ਚੰਗੇ ਜੋ ਅਕਾਲੀ ਦਲ ਦੇ ਸਿਧਾਂਤ ਆ ਉਹਨਾਂ ਦੇ ਨਾਲ ਚੱਲੂਗਾ, ਤਾਂ ਜ਼ਰੂਰ ਜਿਹੜਾ ਸੁਧਾਰਾ ਹੋਊਗਾ। ਚਲੋ, ਧੰਨਵਾਦ। ਤਾਂ ਮੀਤ ਹੇਅਰ ਪਾਰਲੀਮੈਂਟ ਪਹੁੰਚੇ ਨੇ, ਪਾਰਲੀਮੈਂਟ ਪਹੁੰਚਣ ਤੋਂ ਬਾਅਦ ਨਿਊਜ਼ 18 ਨਾਲ ਗੱਲਬਾਤ ਕੀਤੀ, ਕਿਹੜੇ ਮਸਲੇ ਚੁੱਕੇ ਔਰ ਪੰਜਾਬ 'ਚ ਅਕਾਲੀ ਦਲ ਦੀ ਸਿਚੁਏਸ਼ਨ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਕੀਤੀ।